ਸਤਿ ਸ਼੍ਰੀ ਅਕਾਲ ਜੀ ਮੈਂ ਹਮਨਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਦਾ ਖਾਲਸ ਟੀਵੀ ਅੱਜ ਦੀਆਂ ਹੈਡਲਾਈਨਸ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਅੱਜ ਦੇ ਵਿਚਾਰ ਤੇ ਦੁੱਖ ਹੋਵੇ ਜਾਂ ਸੁੱਖ ਪਰਮਾਤਮਾ ਦਾ ਨਾਮ ਲੈਣਾ ਕਦੀ ਨਾ ਭੁੱਲੋ ਹੁਣ ਨਜ਼ਰ ਮਾਰਦੇ ਆਂ ਅੱਜ ਦੀਆਂ ਹੈਡਲਾਈਨਸ ਤੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਦਿੱਤਾ ਅਸਤੀਫਾ ਆਪਣੀ ਪੈਣ ਸਮੇਤ ਦੇਸ਼ ਛੱਡ ਕੇ ਹੋਈ ਫਰਾਰ ਫੌਜ ਨੇ ਸੰਭਾਲੀ ਦੇਸ਼ ਦੀ ਕਮਾਨ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਦੇ ਅਕਰ ਹੋਏ ਦਾਖਲ ਸਰਕਾਰੀ ਨੌਕਰੀਆਂ 'ਚ ਰੱਖਵਾ ਕਰਨ ਖਤਮ ਕਰਨ ਦੀ ਕਰ ਰਹੀ ਸੀ ਮੰਗ ਸੁਖਵੀਰ ਬਾਦਲ ਦਾ ਮਾਫੀ ਨਾਮਾ ਹੋਇਆ ਜਨਤਕ ਅਕਾਲੀ ਸਰਕਾਰ ਸਮੇਂ ਹੋਈਆਂ ਸਾਰੀਆਂ ਪੁੱਲਾਂ ਦੀ ਆਪਣੇ ਸਿਰ ਲਈ ਜ਼ਿੰਮੇਵਾਰੀ ਕਿਹਾ ਗੁਰੂ ਸਾਹਿਬ ਪਾਸੋਂ ਬਿਨਾਂ ਸ਼ਰਤ ਖਿਮਾ ਜਾਂਚਨਾ ਮੰਗਦਾ ਹਾਂ ਸਿੰਘ ਸਾਹਿਬ ਦੇ ਹਰ ਹੁਕਮ ਦਾ ਖਿੜੇ ਮੱਥੇ ਕਰਾਂਗਾ ਪਾਲਣ SDBS ਨੇ ਇਸ਼ਤਿਹਾਰਾਂ ਦੇ ਮਾਮਲੇ 'ਚ ਦਿੱਤਾ ਸਪਸ਼ਟੀਕਰਨ ਸਾਫਕਾ ਪ੍ਰਧਾਨ ਮੱਕੜ ਤੇ ਮੜਿਆ ਦੋਸ਼ ਕਿਆ ਸਾਫਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਆਦੇਸ਼ਾਂ ਦੇ ਸਾਫਕਾ ਮੁਖ ਸਕੱਤਰ ਹਰਚਰਨ ਸਿੰਘ ਵੱਲੋਂ ਜਾਰੀ ਕੀਤੇ ਗਏ ਸੀ ਇਸ਼ਤਿਹਾਰ ਸੁਖਵੀਰ ਦੇ ਮਾਫੀ ਨਾਮੇ ਦੇ ਚਰਨਜੀਤ ਬਰਾੜ ਨੇ ਸੁਖਵੀਰ ਬਾਦਲ ਨੂੰ ਕੀਤੇ ਕਈ ਸਵਾਲ ਸੌਦਾ ਸਾਖ ਦੇ ਪੋਸ਼ਾਕ ਦੇ ਕੇਸ ਕਿਉਂ ਕਰਵਾਇਆ ਵਾਪਸ ਵੋਟਾਂ ਦੀ ਸੌਦੇਬਾਜ਼ੀ ਕਿਉਂ ਕੀਤੀ ਗਈ ਡੇਰੇ ਨੂੰ ਮਾਫੀ ਦਿਵਾਉਣ ਦੇ ਲਈ ਕਿਉਂ ਬਣਾਇਆ ਪ੍ਰੈਸ਼ਰ ਇਹੇ ਵੀ ਸੁਖਵੀਰ ਨੇ ਕੀਤੀਆਂ ਵੱਡੀਆਂ ਗਲਤੀਆਂ ਵੱਡੇ ਦਿਲ ਨਾਲ ਕਰਨਾ ਚਾਹੀਦਾ ਸਵੀਕਾਰ ਰਾਜਾ ਵਿੜੇਂਗੜ ਅਕਾਲੀ ਦਲ ਦੇ ਖਿਲਾੜੇ ਦੇ ਕਸਿਆ ਤੰਜ ਕਿਹਾ ਕੁਰਸੀ ਦੇ ਲਾਲਚ ਵਿੱਚ ਸੁਖਵੀਰ ਨੇ ਪਾਰਟੀ ਦਾ ਕੀਤਾ ਬੁਰਾ ਹਾਲ ਲੋਕ ਸਭਾ ਚੋਣਾਂ 'ਚ ਪਾਰਟੀ ਦੀ بجائے ਹਰ ਸਿਮਰਤ ਨੂੰ ਜਿਤਾਉਣ ਲਈ ਸੁਖਵੀਰ ਨੇ ਲਾਇਆ ਪੂਰਾ ਯੋਰ ਸੁਖਵੀਰ ਬਾਦਾਂ ਦੇ ਕੋਰ ਕਮੇਟੀ ਨੂੰ ਬਣਾਇਆ ਬੱਚਿਆਂ ਦੀ ਖੇਡ ਹਰ ਸਿਮਰਤ ਮਜੀਠੀਆ ਨੂੰ ਸ਼ਾਮਲ ਕਰਨ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕੱਸੇ ਹੱਥਾਂ ਚ ਕਿਹਾ ਸੱਚ ਬੋਲਣ ਵਾਲੇ ਨੂੰ ਸੁਖਵੀਰ ਨਹੀਂ ਕਰਦਾ ਬਰਤਾਸ਼ ਅਰਵਿੰਦ ਗੇਜਰੀਵਾਲ ਨੂੰ ਫੇਰ ਲੱਗਾ ਝਟਕਾ ਦਿੱਲੀ ਹਾਈ ਕੋਰਟ ਨੇ ਸੀਬੀਆਈ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਕੀਤੀ ਖਾਰਜ ਜ਼ਮਾਨਤ ਲਈ ਹੇਠਲੀ ਅਦਾਲਤ 'ਚ ਜਾਣ ਦਾ ਦਿੱਤਾ ਆਦੇਸ਼ ਮੋਕਮੰਤਰੀ ਭਗਵੰਤ ਮਾਨ ਨੇ ਰਾਜਪੁਰਾ ਤਹਿਸੀਲ 'ਚ ਅਚਾਨਕ ਮਾਰੀ ਰੇਡ ਤਹਿਸੀਲ ਕੰਪਲੈਕਸ 'ਚ ਪਹੁੰਚ ਸਟਾਫ ਤੇ ਆਮ ਲੋਕਾਂ ਨਾਲ ਕੀਤੀ ਗੱਲਬਾਤ ਪੰਜਾਬ ਸਰਕਾਰ ਨੇ ਸੂਬੇ ਦੇ ਮੰਡ ਦਾ ਪ੍ਰਾਪਤ ਸਕੂਲਾਂ ਦੇ 18% ਦੀ GST ਕੀਤਾ ਲਾਗੂ ਸਕੂਲ ਸੰਗਠਨ ਰਾਸਾਂ ਨੇ ਫੈਸਲੇ ਦੀ ਕੀਤੀ ਨਿੰਦਾ ਕਿਹਾ ਜੇ ਸਰਕਾਰ ਨੇ ਫੈਸਲਾ ਨਾ ਲਿਆ ਵਾਪਸ ਤਾਂ ਸਾਰੇ ਜ਼ਿਲ੍ਹਿਆਂ 'ਚ ਸਰਕਾਰ ਖਿਲਾਫ ਕੀਤੇ ਜਾਣਗੇ ਰੋਸ ਪ੍ਰਦਰਸ਼ਨ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਨੇ ਭਾਰਤੀ ਖਿਡਾਰੀ ਅਮਿਤ ਰੋਹੀਦਾਸ ਤੇ ਇੱਕ ਮੈਚ ਦੀ ਲਗਾਈ ਪਾਬੰਦੀ ਹਾਕੀ ਇੰਡੀਆ ਦੇ ਫੈਸਲੇ ਖਿਲਾਫ ਕੀਤੀ ਅਪੀਲ ਬਰਤਾਨੀਆ ਖਿਲਾਫ ਖੇਡੇ ਮੈਚ 'ਚ ਅਮਿਤ ਨੂੰ ਦਿਖਾਇਆ ਗਿਆ ਸੀ ਰੈੱਡ ਕਾਰਡ ਰਾਜ ਸਭਾ ਵਿੱਚ ਸ਼ੰਭੂ ਦੇ ਖਨੋਰੀ ਬਾਰਡਰ 'ਤੇ ਚੱਲੀਆਂ ਗੋਲੀਆਂ ਦਾ ਵਿਰੋਧੀ ਧਿਰ ਨੇ ਚੁੱਕਿਆ ਮੁੱਦਾ ਤਾਂ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਝੋਨਾਂ ਨੇ ਵਿਰੋਧੀ ਧਿਰ ਨੂੰ ਯਾਦ ਕਰਾਇਆ ਇਤਿਹਾਸ ਕਿਹਾ ਕਾਂਗਰਸ ਨੇ 1986 'ਚ ਬਿਹਾਰ ਤੇ 1988 ਚ ਦਿੱਲੀ ਵਿੱਚ ਦੋ ਕਿਸਾਨਾਂ ਦੀ ਗੋਲੀ ਮਾਰ ਕੇ ਕੀਤੀ ਸੀ ਹੱਤਿਆ ਹਰ ਸਿਮਰਤ ਘਰ ਬਾਦਲ ਦਾ ਗੰਭੀਰ આરોਪ ਬਠਿੰਡਾ ਦੇ ਲੋਕ ਪਾਰਕਿੰਗ ਠੇਕੇਦਾਰਾਂ ਤੋਂ ਪਰੇਸ਼ਾਨ ਸ਼ਰਿਆਮ ਕਰਦੇ ਨੇ ਗੁੰਡਾਗਰਦੀ ਕਿਹਾ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹਨ ਠੇਕੇਦਾਰ ਨਵੰਬਰ ਵਿੱਚ ਹੋਣਗੇ ਪੰਚਾਇਤ ਦੀ ਚੋਣਾਂ ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਦਿੱਤੀ ਜਾਣਕਾਰੀ ਅੰਮ੍ਰਿਤਸਰ ਪੁਲਿਸ ਨੇ ਪਾਕਿਸਤਾਨ ਮੈਡੂਲ ਦਾ ਕੀਤਾ ਪਰਦਾਫਾਸ਼ ਪਾਕਿਸਤਾਨੀ ਸਮਗਲਰਾਂ ਨਾਲ ਸੰਪਰਕ ਚ ਇੱਕ ਮੁਲਜ਼ਮ ਨੂੰ ਕੀਤਾ ਕਾਬੂ ਕਿਸੇ ਵੱਡੀ ਵਾਰਦਾਤ ਦੀ ਕਰ ਰਹੀ ਸੀ ਤਿਆਰੀ ਹਥਿਆਰ ਵੀ ਕੀਤੇ ਬਰਾਮਦ ਸੁਪਰੀਮ ਕੋਰਟ ਨੇ ਅਰਜਿੰਦਰ ਨਗਰ ਕੋਚਿੰਗ ਕਲਾਸ ਵਿੱਚ ਹੋਏ ਹਾਦਸੇ ਤੇ ਕੀਤੀ ਵੱਡੀ ਟਿੱਪਣੀ ਕਿਾ ਕੋਚਿੰਗ ਦੇਣ ਵਾਲੀਆਂ ਸੰਸਥਾਵਾਂ ਮੌਤ ਦਾ ਬਣ ਗਈਆਂ ਹਨ ਕੇਂਦਰ ਵਿਦਿਆਰਥੀਆਂ ਦੀ ਜਾਨ ਨੂੰ ਖਤਰੇ ਵਿੱਚ ਪਾ ਰਹੀਆਂ ਹਨ ਕੇਂਦਰ ਦੇ ਦਿੱਲੀ ਸਰਕਾਰ ਨੂੰ ਭੇਜਿਆ ਨੋਟਿਸ ਫੌਕਸਮੈਨ ادارے ਦੇ ਮੁਖੀ ਜੁਕੇਂਦਰ ਸਿੰਘ ਦੀ ਮੌਤ ਤੇ ਵਿਰਸਾ ਸਿੰਘ ਬਲਟੋਆ ਦੀ ਜਥੇਦਾਰ ਸਮੇਤ ਰਾਗੀ ਸਿੰਘਾਂ ਨੂੰ ਅਪੀਲ ਕੀਤਾ ਜਾਵੇ ਅੰਤਿਮ ਰਸਮਾਂ ਦਾ ਬਾਈਕਾਰਡ ਕਿਹਾ ساری ਉਮਰ ਅਕਾਲ ਤਖਤ ਨੂੰ ਇਥਨੇ ਜਾਣਿਆ ਹਟੇਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੇਂਦਰ ਸਰਕਾਰ ਨੂੰ ਘੇਰਿਆ ਕਿ ਹੈ ਕੇਂਦਰ ਸਰਕਾਰ ਲਾਲન્સ ਬਿਸ਼ਨੋਏ ਨੂੰ ਬਚਾਉਣ ਦੀ ਕਰ ਰਹੀ ਹੈ ਕੋਸ਼ਿਸ਼ ਗਿੱਦੜ ਬਾਹਰ ਜਵਾਪਰੀ ਮੰਦਭਾਗੀ ਘਟਨਾ ਦੋ ਭਰਾਵਾਂ ਦੀ ਸਰੋਵਰ ਚ ਡੁੱਬਣ ਕਾਰਨ ਹੋਈ ਮੌਤ ਪੱਛਮੀ ਬੰਗਾਲ ਵਿਧਾਨ ਸਭਾ ਨੇ ਸੂਬੇ ਨੂੰ ਵੰਡਨ ਖਿਲਾਫ ਪ੍ਰਸਤਾਵ ਸਰਬਸੰਮਤੀ ਨਾਲ ਕੀਤਾ ਪਾਸ ਪਹਿਲੀ ਵਾਰ ਭਾਜਪਾ ਨੇ ਸੂਬਾ ਸਰਕਾਰ ਨਾਲ ਜਿਤਾਈ ਸਹਿਮਤੀ ਬਿਹਾਰ ਦੇ ਵਿਸ਼ਾਲੀ ਜ਼ਿਲ੍ਹੇ 'ਚ ਵਾਪਰੀ ਮਦ ਪਾਗੀ ਕਟਨਾ ਕਰੰਟ ਲੱਗਣ ਕਾਰਨ 9 ਕਾਂਵੜੀਆਂ ਦੀ ਹੋਈ ਮੌਤ ਗੁਲਾਬੀ ਸੁੰਡੀ ਨੇ ਫਿਰ ਸਤਾਏ ਕਿਸਾਨ ਬਠਿੰਡਾ 'ਚ ਨਰਮੇ ਦੀ ਫਸਲ ਹੋਈ ਪ੍ਰਭਾਵਿਤ ਕਿਸਾਨਾਂ ਨੇ ਖੇਤ 'ਚ ਵਾਈ ਫਸਲ ਕੈਦਰੀਵਾਲ ਸਰਕਾਰ ਨੂੰ ਸੁਪਰੀਮ ਕੋਰਟ ਨੇ ਦਿੱਤਾ ਵੱਡਾ ਝਟਕਾ ਲੈਫਟੀਨੈਂਟ ਗਵਰਨਰ ਐਮਸੀਡੀ ਚ ਸਿੱਧੇ ਤੌਰ ਤੇ ਨਿਯੁਕਤ ਕਰ ਸਕੇਗਾ ਕਾਉਂਸਲਰ ਕਿਹਾ ਕਾਉਂਸਲਰ ਨਾਮਜ਼ਦ ਕਰਨ ਲਈ ਦਿੱਲੀ ਸਰਕਾਰ ਨਾਲ ਸਲਾਮ ਮਸ਼ਵਰਾ ਕਰਨ ਨਹੀ ਹੈ ਜ਼ਰੂਰੀ ਅੱਜ ਦੀਆਂ ਹੈਡਲਾਈਨਸ ਤੋਂ ਬਸ ਇੰਨਾ ਹੀ ਮੈਨੂੰ ਦਿਓ ਅੱਗੇ ਧੰਨਵਾਦ